चढ़दी कला टाइम टीवी देख रहे सारे दर्शकों रिदम वालों प्यार भरी सत श्री अकाल जी ते तुहाडा वेलकम है जी साडे प्रोग्राम फोन का फंडा ते जिहड़ा हर सोमवार बुधवार शुक्रवार लैके हाजिर हुंदे आ दोपहर नूं 2 बजे तुहाडे नाल जुड़दे आ गल्लां बातां करदे आ ते तुहानूं गाने सुनाने आ। जी हाँ, सो तुसीं वी इस प्रोग्राम दा एक पार्ट बन सकदे हो, हिस्सा बन सकदे हो, जिहड़े पहली वार साडा प्रोग्राम देखदे ने। सो मैं दसदा की करना है, तुसीं साडे इस प्रोग्राम दे विच हाजिर होण लई मतलब कि एक फोन कॉल करनी है। सो डायल करना है तुसीं नंबर 9-1-61-92-162, एक इस नंबर दे उपर कॉल करना है ते आपदा नाम, शहर दा नाम ते दसना गाना किहड़े सिंगर दा सुनना चाहुंदे हो। सो लो जी, कॉलर रेडी हो चुके ने, वेलकम करदे आ जाओ फिर। हैलो हैलो, हाँ जी, सत श्री अकाल जी। गाना इंजॉय करते हैं पहला। मेडिकल स्टोर है तुहाडा अपना। हां जी सर। सो वेलकम है। गाना दस दियो, केड़े सिंगर दा सुनना चाहंदे हो? गाना जी खान पैनियाल दा। खान पैनियाल दा सुनावांगे, तुहानूं जरूर सुनावांगे। सो अज हैगा नेशनल पोल्यूशन कंट्रोल डे, इहदे बारे पता तुहानूं अज? हां जी सर। ते की लगदा है मतलब किहड़ियां चीजां अजकल आपां जिहड़ियां करदे आ जिहदे करके पोल्यूशन वध रिहा, ते किहड़ियां चीजां करनियां चाहीदियां जिहदे करके आपां पोल्यूशन दी जिहड़ी आ अवेयरनेस कर सकदे आ ते पोल्यूशन नूं घटा सकदे आ? सब तों पहला जी, वध तों वध दरख्त लगाओ जी। ਆਪਾਂ ਤੇ ਦਰਖਤ ਤੇ ਲਾ ਦਿੰਨੇ ਆ, ਮੁੜ ਕੇ ਆਪਾਂ ਦਾ ਧਿਆਨ ਨਹੀਂ ਰੱਖਦੇ, ਇਹ ਪਤਾ ਹੈ ਨਾ। ਬਸ ਇਹੀ ਸਰ, ਕਟਾਈ ਨਾ ਕਰੋ। ਕਟਾਈ ਆਪਾਂ ਨਹੀਂ ਕਰਦੇ, ਪਤਾ ਕੀ ਹੁੰਦਾ, ਦੇਖੋ ਆਪਾਂ ਕੋਸ਼ਿਸ਼ ਕਰਦੇ ਆ, ਅਕਸਰ ਸਾਰਿਆਂ ਨਾਲ ਹੁੰਦਾ ਹੋਊਗਾ, ਕਿਸੇ ਨਾ ਕਿਸੇ ਨਾਲ ਜ਼ਰੂਰ ਹੋਇਆ ਹੋਊਗਾ। ਆਪਾਂ ਪੌਦੇ ਵੀ ਲਗਾਉਂਦੇ ਆ ਹਨਾ, ਪੇੜ ਵੀ ਲਗਾਉਂਦੇ ਆ, ਜਦੋਂ ਵੀ ਲਗਾਉਂਦੇ ਆ ਤੇ ਆਪਣੇ ਵੱਲੋਂ ਕਿਤੇ ਨਾ ਕਿਤੇ ਉਹਨਾਂ ਦੀ ਕੇਅਰ ਨਹੀਂ ਕੀਤੀ ਜਾਂਦੀ, ਤੇ ਇਦਾਂ ਹੁੰਦਾ ਕਿ ਕੁਛ ਪਸ਼ੂ ਵੀ ਇਦਾਂ ਦੇ ਹੁੰਦੇ ਆ, ਆਵਾਰਾ ਹੁੰਦੇ ਆ ਜਾਂ ਆ ਜਾਂਦੇ ਆ, ਜਿਹਦੇ ਕਰਕੇ ਉਹਨਾਂ ਨੂੰ ਵੀ ਖਰਾਬ ਕਰ ਦਿੰਦੇ ਆ ਜਾਂ ਖਾ ਜਾਂਦੇ ਆ। ਸੋ ਇਹ ਕੇਅਰ ਵੀ ਕਰਨੀ ਆ, ਜ਼ਰੂਰੀ ਨਹੀਂ ਹੈ ਕਿ ਆਪਾਂ ਲਾਤਾ ਦੇ ਬਸ ਆਪਣਾ ਕੰਮ ਹੋ ਗਿਆ। ਹਾਂਜੀ ਸਰ। ਹਨਾ, ਕਟਾਈ ਦੀ ਜਿੱਥੇ ਗੱਲ ਕਰ ਰਹੇ ਹੋ, ਉਹ ਵੀ ਕਿਤੇ ਨਾ ਕਿਤੇ ਜ਼ਰੂਰ ਇਹ ਚੀਜ਼ ਵੀ ਕਾਰਨ ਹੈ ਸਭ ਤੋਂ ਵੱਡਾ, ਕਿ ਜਿਹੜੀ ਰੁੱਖਾਂ ਦੀ ਕਟਾਈ ਹੈ, ਵੱਢ ਆਪਾਂ ਕਰ ਰਹੇ ਹਾਂ, ਉਹਦੇ ਕਰਕੇ ਵੀ ਪੋਲਿਊਸ਼ਨ ਜਿਹੜਾ ਵੱਧ ਰਿਹਾ। ਕਿਉਂਕਿ ਸ਼ੁਕਰੀਆ ਵੀਰੇ ਇੱਕ ਤਾਂ ਕਾਲ ਕਰਨ ਲਈ, ਸੋ ਮੈਂ ਇਸ ਕਰਕੇ ਗੱਲ ਕਰ ਰਿਹਾ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਵੱਡੀ ਆਮ ਸਮੱਸਿਆ ਜਿਹੜੀ ਇਹੀ ਹੈ ਕਿ ਜਿਹੜਾ ਪੋਲਿਊਸ਼ਨ ਆ ਆਪਾਂ ਨੂੰ ਸਰਦੀਆਂ ਦੇ ਵਿੱਚ, ਤੁਸੀਂ ਦੇਖ ਲਓ ਕਿ ਹੁਣ ਵਿੰਟਰ ਸ਼ੁਰੂ ਹੋ ਗਿਆ ਹੈ ਨਾ, ਔਰ ਜਿਵੇਂ ਦਿੱਲੀ ਦਾ ਪੋਲਿਊਸ਼ਨ ਵੱਧ ਜਾਂਦਾ, ਸੋ ਕਿਉਂ ਵੱਧਦਾ, ਇਹੀ ਚੀਜ਼ਾਂ ਕਰਕੇ ਵੱਧਦਾ ਨਾ, ਕਿ ਪਰਾਲੀ ਨੂੰ ਆਪਾਂ ਅੱਗਾਂ ਲਾਈਆਂ ਹੋਈਆਂ ਨੇ। ਸੋ ਕਿਤੇ ਨਾ ਕਿਤੇ ਆਪਾਂ ਅਵੇਅਰਨੈਸ ਵੀ ਕਰਦੇ ਹਾਂ ਉਹਨਾਂ ਚੀਜ਼ਾਂ ਬਾਰੇ, ਗੱਲ ਵੀ ਕਰਦੇ ਹਾਂ, ਸੋ ਆਪਾਂ ਗੱਲਾਂ ਇਹ ਨਾ ਕਰੀਏ, ਉਹਨਾਂ ਦੇ ਉੱਪਰ ਅਮਲ ਵੀ ਕਰੀਏ, ਪਰ ਕੋਸ਼ਿਸ਼ ਜ਼ਰੂਰ ਕਰੀਏ ਕਿ ਆਪਣੇ ਕੋਲੋਂ ਜੋ ਹੋ ਸਕਦਾ ਉਹ ਕਰੀਏ ਅਤੇ ਇਸ ਵਾਤਾਵਰਨ ਨੂੰ ਸੰਭਾਲ ਕੇ ਰੱਖੀਏ, ਕਿਉਂਕਿ ਆਪਦੇ ਲਈ ਹੀ ਆ। ਅਤੇ ਹੁਣ ਗਾਣਾ ਰੈਡੀ ਹੈ, ਗਾਣਾ ਸੁਣਦੇ ਹਾਂ। ਨੀਵੇਂ ਹੋ ਕੇ ਚੱਲੀਏ ਸਾਡੇ ਵਿੱਚ ਨਾ ਜਰਾ ਗਰੂਰ, ਅਸੀਂ ਬੀਜ ਨੇਕੀ ਦੇ ਬੀਜੀਏ, ਮਾੜੇ ਕੰਮ ਤੋਂ ਕੋਹਾਂ ਦੂਰ, ਇਹ ਧਰਤੀ ਛੇਵੇਂ ਗੁਰਾਂ ਦੀ, ਸਾਡਾ ਸੋਹਣਾ ਪਿੰਡਾ ਠੂਰ। ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਇਕਬਾਲ ਸਿੰਘ, ਮੇਨ ਬਾਜ਼ਾਰ ਹਜ਼ੂਰ ਤਹਿਸੀਲ ਜਗਰਾਉਂ, ਜ਼ਿਲ੍ਹਾ ਲੁਧਿਆਣਾ ਤੋਂ ਬੋਲ ਰਿਹਾ ਜੀ। ਵੈਲਕਮ ਇਕਬਾਲ ਜੀ। ਵੈਸੇ ਤੁਸੀਂ ਹੁਣ ਤਾਰੀਫ ਦੇ ਮੁਤਾਜ ਨਹੀਂ ਰਹਿ ਗਏ, ਜਿੱਦਾਂ ਹੀ ਕਾਲ ਕਰਦੇ ਹੋਵੋਗੇ ਨਾ
ਜਿਨ੍ਹੇ ਵੀ ਦਰਸ਼ਕ ਦੇਖ ਰਹੇ ਉਹਨਾਂ ਨੂੰ ਪਤਾ ਚੱਲ ਹੀ ਜਾਂਦਾ ਹੋਣਾ ਕਿ ਇਹ ਇਕਬਾਲ ਹਟੂਰ ਜੀ ਦਾ ਫੋਨ ਆ ਗਿਆ। ਮਤਲਬ ਪਿੰਡ ਹਟੂਰ ਬਿਲਕੁਲ ਦੇਖੋ ਜੀ ਇਹ ਜਿਹੜੀ ਪਹਿਚਾਨ ਬਣੀ ਆ ਜਿਹੜੀ ਕਲਾ ਟਾਈਮ ਟੀਵੀ ਦੇ ਜ਼ਰੀਏ ਹੀ ਬਣੀ ਆ ਸਾਡੀ ਪਹਿਚਾਨ। ਜੀ 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 ਸੋ ਸਾਡੀ ਵੀ ਤੁਹਾਡੇ ਜ਼ਰੀਏ ਹੀ ਹੈ ਕਿਉਂਕਿ ਤੁਹਾਡੇ ਲਈ ਪ੍ਰੋਗਰਾਮ ਹੈ, ਪਿਆਰ ਕਰ ਲਓ। ਸਾਨੂੰ ਵੀ ਪਤਾ ਚੱਲਦਾ ਕਿ ਸਾਡੇ ਲਈ ਜਿਹੜਾ ਪਿਆਰ ਹੈ ਕਿੱਥੇ ਕਿੱਥੇ ਵੱਸਦਾ। ਦੇਖੋ ਬੇਸਬਰੀ ਦੇ ਨਾਲ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਵੀ ਤੇ ਉਡੀਕ ਵੀ ਕਰਦੇ ਆ। ਸ਼ੁਕਰੀਆ ਜੀ, ਤੁਹਾਡੀ ਉਡੀਕ ਲਈ ਵੀ ਧੰਨਵਾਦ ਹੈ। ਤੇ ਗਾਣਾ ਕਿਹੜੇ ਸਿੰਗਰ ਦਾ ਸੁਣਨਾ ਚਾਹੁੰਦੇ ਹੋ? ਗਾਣਾ ਸੁਣਨਾ ਜੀ ਕਾਕੇ ਦਾ, ਤੇ ਮੈਂ ਨਾ ਤੁਹਾਡੇ ਨਾਲ ਕੱਲ ਤੁਸੀਂ ਗੱਲ ਕੀਤੀ ਸੀ ਵੀ ਆਪਦੇ ਏਰੀਏ ਦੀ, ਆਪਦੇ ਪਿੰਡ ਦੀ, ਜਾਂ ਆਪਦੇ ਸ਼ਹਿਰ ਦੀ ਕੋਈ ਖਾਸੀਅਤ ਦੱਸਣੀ। ਖਾਸੀਅਤ ਜੀ ਜੀ ਮੈਂ ਉਹ ਕੱਲ ਗੱਲ ਕਿਉਂਕਿ ਮੈਂ ਮੇਰੀ ਪਿੰਡ ਦੀ ਖਾਸੀਅਤ ਇੱਕ ਤਾਂ ਇਹ ਹੈ ਜੀ ਵੀ ਇੱਥੇ ਮਤਲਬ ਹਲਵਾਈਆਂ ਦੀਆਂ ਮਸ਼ਹੂਰ ਦੁਕਾਨਾਂ, ਜਿੱਥੇ ਦੇਸ਼ਾਂ ਵਿਦੇਸ਼ਾਂ ਚ ਗਜਰੇਲਾ ਮਸ਼ਹੂਰ ਆ ਜੀ, ਮਠਿਆਈ ਵੀ ਮਸ਼ਹੂਰ ਆ। ਕੀ ਬਾਤ! ਨੰਬਰ 2 ਤੇ ਇੱਥੋਂ ਦੇ ਖਿਡਾਰੀ ਵੀ ਤੁਸੀਂ ਸੁਣੇ ਆ ਜੀ, ਏਕਮ ਹਠੂਰ ਔਰ ਮੰਗਲ ਹਠੂਰ ਰਾਈਟਰ ਆ ਮਸ਼ਹੂਰ, ਜਿਹਦੇ ਜ਼ਰੀਏ ਪਿੰਡ ਦਾ ਨਾਂ ਜੀ ਇਹ ਕਹਿੰਦੇ ਰਾਏ ਫਿਰੋਜ ਦਾ ਮਾਕਰ ਰਾ ਜੀ। ਇੱਥੇ ਕਾਫੀ ਮਤਲਬ ਖਾਸੀਅਤ ਸਮਝ ਲਓ ਤਾਂ ਇਹ ਇਤਿਹਾਸਕ ਸਮਝ ਲਓ, ਉੱਥੋਂ ਜਿਹੜਾ ਬੰਦਾ ਇੱਟ ਲੈ ਕੇ ਜਾਂਦਾ ਜਿੱਥੇ ਕਿਤੇ ਸਿਉਂਕ ਲੱਗਦੀ ਆ ਉਹ ਇੱਟ ਲਿਜਾ ਕੇ ਰੱਖ ਦਿੰਦਾ। ਮੈਂ ਕਹਿੰਦਾ ਜੇ ਖਤਮ ਹੋ ਜਾਂਦਾ ਜਿਹੜੇ ਪਿੰਡ 'ਚ ਹਠੂਰ ਸਾਹਿਬ ਤੁਹਾਡੇ ਵਰਗੇ ਇੰਨੇ ਵਧੀਆ ਬੰਦੇ ਹੋਣ ਤੇ ਉਹ ਪਿੰਡ ਦਾ ਨਾਮ ਤਾਂ ਆਪ ਹੀ ਹੋਣਾ। ਸੋ ਸ਼ੁਕਰੀਆ ਜੀ, ਕਿਤੇ ਨਾ ਕਿਤੇ ਉਹੀ ਰਸ ਝਲਕਦਾ ਹੈ ਤੁਹਾਡੇ ਵਿੱਚ ਵੀ ਕਿ ਉਹ ਜਿਹੜੇ ਸੰਸਕਾਰ ਉਹ ਪਿੰਡ ਦੀ ਜਿਹੜੀਆਂ ਚੀਜ਼ਾਂ ਨੇ ਹਨਾ, ਉਹ ਜਿਹੜੀਆਂ ਜਿਨ੍ਹਾਂ ਕਰਕੇ ਪਿੰਡ ਮਸ਼ਹੂਰ ਹੈ। ਸੋ ਆਪਾਂ ਵੀ ਇਹ ਪਹਿਚਾਣ ਬਣਾਈਏ ਆਪਦੇ ਘਰ ਤੋਂ ਹੀ, ਕਿਉਂ ਨਾ ਸ਼ੁਰੂ ਕਰੀਏ, ਕਿਉਂਕਿ ਜੇ ਇਹਨਾਂ ਚੀਜ਼ਾਂ ਦੇ ਵਿੱਚ ਆਪਾਂ ਜਾਵਾਂਗੇ, ਇਹ ਚੀਜ਼ਾਂ ਕਰਾਂਗੇ ਤਾਂ ਹੀ ਕਿਤੇ ਨਾ ਕਿਤੇ ਅੱਗੇ ਵੀ ਆਪਾਂ ਨੂੰ ਸੇਧ ਮਿਲਦੀ ਹੈ। ਸੋ ਇਦਾਂ ਦੇ ਬਣੀਏ ਤੇ ਚੰਗੇ ਕੰਮ ਕਰੀਏ ਤੇ ਵਾਤਾਵਰਨ ਪ੍ਰਤੀ ਵੀ ਹਾਂ ਥੋੜ੍ਹੇ ਜਿਹੇ ਆਪਾਂ ਥੋੜ੍ਹੇ ਜਿਹੇ ਵਧੀਆ ਕੰਮ ਕਰਨੇ ਸ਼ੁਰੂ ਕਰ ਦਈਏ। ਜੇ ਕੁਛ ਕਰਦੇ ਹਾਂ ਇੱਦਾਂ ਦੀ ਹਰਕਤਾਂ ਛੋਟੀਆਂ ਮੋਟੀਆਂ ਆਪਾਂ ਕਰ ਦਿੰਦੇ ਹਾਂ, ਪਰ ਉਹਨਾਂ ਨੂੰ ਅਵੋਇਡ ਕਰੀਏ। ਸੋ ਗਾਣਾ ਰੈਡੀ ਹੈ ਹੁਣ ਤੇ ਗਾਣਾ ਇੰਜੋਏ ਕਰਦੇ ਹਾਂ। ਨੈਕਸਟ ਕਾਲਰ ਨਾਲ ਗੱਲ ਕਰਦੇ ਹਾਂ। ਹੈਲੋ ਰੈਦਮ ਵੀਰ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ? ਠੀਕ ਹੈ ਜੀ, ਬਹੁਤ ਵਧੀਆ। ਨਾਮ ਦੱਸ ਦਿਓ, ਸ਼ਹਿਰ ਦਾ ਨਾਮ ਦੱਸ ਦਿਓ। ਨਾਮ ਹੈ ਜੀ ਦਵਿੰਦਰਪਾਲ ਸ਼ਰਮਾ, ਪਿੰਡ ਰਾਮਾ, ਜ਼ਿਲ੍ਹਾ ਮੋਗਾ ਜੀ। ਵਾਹ ਜੀ ਵਾਹ, ਇੰਨੇ ਦਿਨਾਂ ਬਾਅਦ ਕਾਲ ਕੀਤਾ ਹੈ। ਤੇ ਗਾਣਾ ਵੀ ਦੱਸ ਦਿਓ ਪਹਿਲਾਂ, ਕਿਹੜੇ ਸਿੰਗਰ ਦਾ ਸੁਣਨਾ ਚਾਹੁੰਦੇ ਹੋ? ਗਾਣਾ ਸੁਣ ਜੀ, ਮੈਂ ਅੱਜ ਜਿਗਰ ਦਾ ਜੀ, ਤੇ ਇੱਕ ਤੁਹਾਡੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਇਸ ਪ੍ਰੋਗਰਾਮ ਦਾ, ਤੇ ਖਾਸ ਕਰਕੇ ਆਪਣੇ ਸਾਰੇ ਦਾ ਪਹਿਲਾਂ ਧੰਨਵਾਦ ਕਰਦਾ ਜੀ ਮੈਂ ਇਕਬਾਲ ਸਿੰਘ ਹਠੂਰ ਜੀ ਦਾ, ਜਿਨ੍ਹਾਂ ਨੇ ਮੈਂ ਪਰਸੋਂ ਪ੍ਰੋਗਰਾਮ ਸੁਣਿਆ ਨਹੀਂ ਸੀ, ਬਾਅਦ ਦੇ ਵਿੱਚ ਪਤਾ ਲੱਗਿਆ ਕਿ ਮੇਰੇ ਬੇਟੇ ਦਾ ਕੱਲ ਜਨਮ ਦਿਨ ਸੀ, ਉਹਨਾਂ ਨੇ ਬਰਥਡੇ ਵਿਸ਼ ਕੀਤਾ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਤੇ ਉਹਨਾਂ ਦਾ ਵੀ। ਸ਼ੁਕਰੀਆ ਜੀ, ਸ਼ੁਕਰੀਆ। ਤੇ ਦਵਿੰਦਰ ਜੀ, ਹਾਂਜੀ, ਤੇ ਇਹ ਦੱਸੋ ਹੁਣ ਗਾਇਬ ਕਿੱਥੇ ਸੀ ਤੁਸੀਂ? ਹਾਂਜੀ, ਚਲੋ ਉਹ ਵੀ ਛੱਡ ਦਿਓ, ਇਕਬਾਲ ਜੀ ਨੇ ਆਪਦੇ ਸ਼ਹਿਰ ਦੀ ਸਪੈਸ਼ਲਿਟੀ ਦੱਸਤੀ, ਤੁਸੀਂ ਆਪਦੇ ਸ਼ਹਿਰ ਦੀ ਸਪੈਸ਼ਲਿਟੀ ਦੱਸ ਕੇ ਜਾਓ ਹੁਣ। ਅੱਛਾ ਜੀ, ਪਿੰਡ ਦੀ ਹੈ ਕੋਈ ਖਾਸੀਅਤ? ਹਾਂਜੀ ਪਿੰਡ ਦੀ, ਦੇਖੋ ਆਪਾਂ ਆਪਣੇ ਨਾਵਾਂ ਦੇ ਨਾਲ ਉਸ ਤਰ੍ਹਾਂ ਦਾ ਹਰੇਕ ਪਿੰਡ ਦੀ ਆਪੋ ਆਪਣੀ ਹੁੰਦੀ ਹੈ ਜੀ ਖਾਸੀਅਤ। ਜਿਵੇਂ ਕਿ ਸਾਡੇ ਹੁਣ ਇੱਕ ਬਹੁਤ ਵਧੀਆ ਆਪਣਾ ਗੁਰਦੁਆਰਾ ਸਾਹਿਬ ਸੰਸਥਾ ਜੀ, ਡੇਰਾ ਬਾਗ ਵਾਲਾ ਰਾਮਾ ਵੱਜਦਾ ਜੀ ਜੀ, ਤੇ ਉੱਥੇ ਬਹੁਤ ਵਧੀਆ ਸਾਡੇ ਪਹਿਲਾਂ ਸੰਤ ਹੁੰਦੇ ਸੀਗੇ, ਹੁਣ ਵੀ ਜਦੋਂ ਵਰਸੀ ਮਨਾਉਂਦੇ ਨੇੜੇ ਨੇੜੇ ਪਿੰਡਾਂ ਦੇ ਵਿੱਚ ਬਹੁਤ ਦੂਰੋਂ ਦੂਰੋਂ ਆਉਂਦੇ। ਤੇ ਇੱਕ ਹੋਰ ਆ ਜੀ ਸਾਡੇ ਪਿੰਡ ਦੀ ਹਸਤੀ, ਮਹਾਨ ਹਸਤੀ, ਸਾਡੇ ਪਿੰਡ ਦਾ ਸਿੰਗਰ ਹੈ ਜੀ ਦਗਾਣਾ ਜੋੜੀ, ਬਹੁਤ ਵਧੀਆ ਚੱਲ ਰਿਹਾ ਸੁਰਿੰਦਰ ਮਾਨ ਤੇ ਕਰਮੀ ਜੀ ਦਾ। ਕੀ ਬਾਤ ਹੈ, ਮਤਲਬ ਤੁਹਾਡਾ ਪਿੰਡ ਵੀ ਕਲਾਕਾਰਾਂ ਦਾ ਪਿੰਡ ਹੈ, ਤੇ ਤੁਸੀਂ ਵੀ ਤਾਂ ਹੀ ਕਰਕੇ ਇਦਾਂ ਦੇ ਪ੍ਰੋਗਰਾਮਾਂ ਦੇ ਨਾਲ ਜੁੜੇ ਹੋਏ ਹੋ। ਸੋ ਅੱਛਾ ਲੱਗਦਾ ਜੀ, ਦੇਖੋ ਸ਼ੁਕਰੀਆ ਦਵਿੰਦਰ ਜੀ, ਪਹਿਲਾਂ ਤੇ ਧੰਨਵਾਦ ਹੈ ਤੁਹਾਡਾ, ਕਾਲ ਕਰਨ ਲਈ ਧੰਨਵਾਦ ਹੈ, ਜੁੜੇ ਰਹਿਣਾ, ਕਾਲ ਕਰਦੇ ਰਹਿਣਾ। ਸੋ ਦੇਖੋ ਜੀ, ਅੱਛਾ ਲੱਗਦਾ ਕਿਉਂਕਿ ਜਦੋਂ ਇਹ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਦੇ ਹਾਂ ਨਾ, ਤਾਂ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ। ਸੋ ਇਹਨਾਂ ਚੀਜ਼ਾਂ ਬਾਰੇ ਵੀ ਪਤਾ ਚੱਲਦਾ ਹੈ ਨਾ ਕਿ ਕਲਾਕਾਰਾਂ ਦੇ ਵਿਰਾਸਤ ਕਿੱਥੋਂ ਦੀ ਆ, ਪਿਛੋਕੜ ਕਿੱਥੋਂ ਦਾ, ਕਿਉਂਕਿ ਅੱਜ ਕੱਲ੍ਹ ਦਾ ਦੌਰ ਹੀ ਇੱਦਾਂ ਦਾ ਚੱਲ ਰਿਹਾ ਹੈ ਨਾ। ਸੋ ਇਹ ਚੀਜ਼ਾਂ ਦੇ ਵਿੱਚ ਆਪਾਂ ਜੇ ਆਪਣੇ ਕੋਲ ਵੀ ਕੋਈ ਟੈਲੈਂਟ ਹੈਗਾ, ਯਾਨੀ ਤੁਹਾਡੇ ਕੋਲ ਕੋਈ ਟੈਲੈਂਟ ਹੈਗਾ, ਤਾਂ ਤੁਸੀਂ ਵੀ ਕਾਲ ਕਰਕੇ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ, ਅਤੇ ਕਾਲ ਕਰਕੇ ਸਾਨੂੰ ਦੱਸ ਸਕਦੇ ਹੋ, ਅਤੇ ਆਪਦੀ ਜਿਹੜਾ ਫੇਵਰੇਟ ਸਿੰਗਰ ਦਾ ਵੀ ਗਾਣਾ ਸੁਣ ਸਕਦੇ ਹੋ, ਆਪਦੇ ਸ਼ਹਿਰ ਦੀ ਸਪੈਸ਼ਲਿਟੀ ਵੀ ਜ਼ਰੂਰ ਦੱਸਣੀ ਹੈ, ਅਤੇ ਜੇ ਕੋਈ ਹੋਰ ਥੋਟ ਹੈਗਾ ਤਾਂ ਉਹ ਵੀ ਸ਼ੇਅਰ ਕਰ ਸਕਦੇ ਹੋ। ਕਾਲਰ ਹੋਰ ਰੈਡੀ ਨੇ, ਪਹਿਲਾਂ ਗੱਲ ਕਰਦੇ ਹਾਂ। ਹੈਲੋ ਹੈਲੋ ਹੈਲੋ, ਸਤਿ ਸ੍ਰੀ ਅਕਾਲ ਜੀ, ਹੋਰ ਸੁਣਾਓ ਬੇਟਾ ਕੀ ਹਾਲ ਚਾਲ? ਪਹਿਲਾਂ ਮੈਨੂੰ ਇਹ ਦੱਸੋ ਕਿ ਕੀ ਗੱਲ ਅੰਕਲ ਜੀ, ਕਹਿੰਦੇ ਮੈਂ ਗੱਲ ਕਰਨੀ, ਤੁਸੀਂ ਕਹਿੰਦੇ ਮੈਂ ਗੱਲ ਕਰਨੀ, ਦਿੱਲੀ ਵਾਲੇ ਆਂਟੀ ਸਾਡੇ ਬਹੁਤ ਪਿਆਰ ਕਰਦੇ, ਪ੍ਰੋਗਰਾਮ ਚ ਕਾਲ ਕਰਦੇ ਨੇ। ਗਾਣਾ ਕਿਹੜੇ ਸਿੰਗਰ ਦਾ ਸੁਣਨਾ ਚਾਹੁੰਦੇ ਹੋ? ਗਾਣਾ
अच्छा जिगर का सुना दें जी तुहानू भी हो ठीक ठाक जी 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 बहुत बहुत दिन बाद कॉल किया प्रोग्राम तो देखते हो ना अच्छा अच्छा कितने गए हुए घूमन गए लगता चलो अच्छी गल है अपने फैमिलीज़ दे विच फंक्शन भी अटेंड करने जरूरी है रिश्तेयां नूं हां जी एक ऑर्डर लगाए और कल आए थे आज तुहाडे नाल गल कर ली क्या बात है सो ये प्यार भी तुसी बरकरार रख दे हो सो शुक्रिया जी धन्नवाद है तुहाडा सो इसे तरीके का प्यार बना के रखियो तो जुड़े रहो कॉल करते रहो चाहे ब्याह च भी जाने उत्थे भी चला लिया करो फोन का फंडा गाने तो चलाने ही होंदे नाले थोड़ा जिहा नच टप भी लैंदा बंदा है ना सो गाना रेडी है जिगर जी का आ जाओ इंजॉय करदे आ कॉलर रेडी ने नेक्स्ट गल करते हैं हेलो हेलो सत श्रीकाल जी अपना नाम दस दियो शहर दा नाम दस दियो मेरा नाम करण जी जी कित्थों बोलदे हो करण जी मानसा तो जी मानसा तो बोलदे हो करण जी करण जी हां जी ते गाना दा तुसी गाना दस दियो पहला केड़े सिंगर दा सुनना ਪੋਲੂਸ਼ਨ ਕੰਟਰੋਲ ਡੇ ਵੀ ਹੈਗਾ ਨੈਸ਼ਨਲ ਤੇ ਕੀ ਕਹਿਣਾ ਚਾਹੁੰਦੇ ਹੋ ਮਤਲਬ ਜੇ ਪੋਲੂਸ਼ਨ ਨੂੰ ਕੰਟਰੋਲ ਕਰਨਾ ਹੋਏ ਤੇ ਕੀ ਕਰਨਾ ਚਾਹੀਦਾ ਪਰਾਲੀ ਨੂੰ ਅੱਗ ਨਹੀਂ ਲਾਉਣੀ ਚਾਹੀਦੀ ਅੱਛਾ ਜੀ ਹੋਰ ਹਾਂਜੀ ਬਸ ਹੋਰ ਜੀ ਬਸ ਇਹੀ ਬਹੁਤ ਹੈ ਜੀ ਅੱਛਾ ਜੀ ਬਹੁਤ ਹੈ ਬਸ ਇੰਨੇ ਕਿਹੜਾ ਪੋਲੂਸ਼ਨ ਹੁੰਦਾ ਤੇ ਜਿਹੜੀ ਆਪਾਂ ਫਰੀ ਦੀਆਂ ਗੇੜੀਆਂ ਮਾਰਦੇ ਹਾਂ ਮੋਟਰਸਾਈਕਲ ਗੱਡੀਆਂ ਤੇ ਐਵੇਂ ਹੀ ਮਾਰੀ ਜਾਂਦੇ ਆ ਧੂੰਆਂ ਇੱਧਰ ਉੱਧਰ ਡਾਈ ਜਾਂਦੇ ਆ ਹੋਰ ਇੱਧਰ ਉੱਧਰ ਆਲੇ ਦੁਆਲੇ ਜਿਹੜੇ ਕੂੜਾ ਕਰਕਟ ਖਿਲਾਰਦੇ ਆ ਉਹਨਾਂ ਤੋਂ ਵੀ ਬਹੁਤ ਪੋਲੂਸ਼ਨ ਹੁੰਦਾ ਹੈ ਸੋ ਇਹ ਚੀਜ਼ਾਂ ਦਾ ਵੀ ਆਪਾਂ ਖਾਸ ਧਿਆਨ ਰੱਖਣਾ ਹੈ ਠੀਕ ਹੈ ਜੀ ਸੋ ਇਕੱਲਾ ਪਰਾਲੀਆਂ ਨੂੰ ਅੱਗ ਲਾਉਣ ਨਾਲ ਹੀ ਕੂੜਾ ਨਹੀਂ ਹੁੰਦਾ ਆਪਣਾ ਪੋਲੂਸ਼ਨ ਨਹੀਂ ਹੁੰਦਾ ਸੋ ਇਹ ਚੀਜ਼ਾਂ ਨਾਲ ਵੀ ਹੁੰਦਾ ਜਿਨ੍ਹਾਂ ਨੂੰ ਆਪਾਂ ਅਵੋਇਡ ਕਰਨਾ ਹੈ ਸੋ ਕਰਿਆ ਕਰੋ ਪਲਾਸਟਿਕ ਦੀਆਂ ਚੀਜ਼ਾਂ ਨੇ ਚਾਹੇ ਕੁਛ ਵੀ ਹੈ ਇਹ ਸਾਰੀਆਂ ਪੋਲੂਸ਼ਨ ਦਾ ਹੀ ਕਾਰਨ ਨੇ ਚਾਹੇ ਪੇੜ ਕੱਟਣਾ ਕਿਉਂ ਨਾ ਹੋਏ ਸੋ ਨਹੀਂ ਕਰਨੇ ਅਤੇ ਗਾਣਾ ਰੈਡੀ ਹੈ ਹੁਣ ਗਾਣਾ ਕਾਲਰ ਰੈਡੀ ਗੱਲ ਕਰਦੇ ਹਾਂ ਹੈਲੋ 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 ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਆਪਣਾ ਨਾਮ ਦੱਸ ਦਿਓ ਜੀ ਸ਼ਹਿਰ ਦਾ ਨਾਮ ਦੱਸ ਦਿਓ ਸ਼ਹਿਰ ਦਾ ਨਾਮ ਜੀ ਸਾਡਾ ਜ਼ਿਲ੍ਹਾ ਮਾਨਸਾ ਪਿੰਡ ਜੋਗਾ ਜੀ ਅੱਛਾ ਜੀ ਵੈਲਕਮ ਹੈ ਜੀ ਤੁਹਾਡਾ ਪ੍ਰੋਗਰਾਮ 'ਚ ਟੀਵੀ ਦੀ ਆਵਾਜ਼ ਵੀ ਘੱਟ ਕਰ ਦਿਓ ਜੀ ਹਾਂਜੀ ਸਰ ਗਾਣਾ ਕਿਹੜੇ ਸਿੰਗਰ ਦਾ ਸੁਣਨਾ ਚਾਹੁੰਦੇ ਹੋ ਸਾਡਾ ਫੇਵਰਟ ਜੀ ਸਿੱਧੂ ਮੂਸੇ ਵਾਲਾ ਜੀ ਨਾਟ ਗਿਆਰਾ ਆਏ ਹਾਏ ਹਨ ਸਿੱਧੂ ਮੂਸੇ ਵਾਲਾ ਬਾਈ ਦਾ ਸੁਣਨਾ ਚਾਹੁੰਦੇ ਹੋ ਮਾਨਸਾ ਏਰੀਆ ਤੋਂ ਕਾਲ ਕਰ ਰਹੇ ਹੋ ਤੇ ਗਾਣਾ ਵੀ ਬਾਈ ਦਾ ਹੀ ਚੱਲੇਗਾ ਜ਼ਰੂਰ ਚੱਲੇਗਾ ਔਰ ਤੁਸੀਂ ਕੀ ਕਰਦੇ ਹੋ ਮੈਂ ਸਰ ਫਾਸਟ ਫੂਡ ਦਾ ਕੰਮ ਕਰਦਾ ਜੀ ਫਾਸਟ ਫੂਡ ਦਾ ਕੰਮ ਕਰਦੇ ਹੋ ਸਲੋ ਫੂਡ ਦਾ ਕਰ ਲਓ ਹਾਂਜੀ ਸਰ ਸਲੋ ਫੂਡ ਦਾ ਕਰ ਲਿਆ ਕਰੋ ਨਾਲ ਨਾਲ ਹਾਂਜੀ ਸਰ ਇਹਨੂੰ ਫਾਸਟ ਫੂਡ ਹੀ ਕਿਉਂ ਕਿਹਾ ਜਾਂਦਾ ਡਾਈਜੈਸਟ ਤਾਂ ਬਹੁਤ ਲੇਟ ਹੁੰਦਾ ਹਾਂਜੀ ਸਰ ਮੈਂ ਤੁਹਾਨੂੰ ਪੁੱਛ ਰਿਹਾ ਸਰ ਇੱਕ ਸਵਾਲ ਪੁੱਛ ਰਿਹਾ ਕਿ ਤੁਸੀਂ ਫਾਸਟ ਫੂਡ ਦਾ ਕੰਮ ਕਰਦੇ ਹੋ ਆਪਾਂ ਇਹਨੂੰ ਫਾਸਟ ਫੂਡ ਹੀ ਕਿਉਂ ਕਹਿੰਦੇ ਆ ਇਹ ਡਾਈਜੈਸਟ ਤਾਂ ਵੈਸੇ ਬਹੁਤ ਲੇਟ ਹੁੰਦਾ ਹੈ ਇਹ ਜਲਦੀ ਜਲਦੀ ਤਿਆਰ ਹੋ ਜਾਂਦਾ ਜੀ ਜਲਦੀ ਜਲਦੀ ਕੀ ਹੋ ਜਾਂਦਾ ਹੈ ਹਾਂਜੀ ਮੈਂ ਕਿਹਾ ਜਲਦੀ ਜਲਦੀ ਕੀ ਹੋ ਜਾਂਦਾ ਤਿਆਰ ਹੋ ਜਾਂਦਾ ਜੀ ਤਿਆਰ ਹੋ ਜਾਂਦਾ ਹੈਲੋ ਹਾਂਜੀ ਸਰ ਤੁਸੀਂ ਸਰ ਟੀਵੀ ਦੇਖ ਰਹੇ ਹੋ ਮੈਂ ਆਵਾਜ਼ ਘੱਟ ਕਰਨ ਲਈ ਕਿਹਾ ਸੀ ਦੇਖੋ ਤੁਸੀਂ ਸਾਡੇ ਦਰਸ਼ਕਾਂ ਦੇ ਜ਼ਿਹਨ 'ਚ ਜਿਹੜਾ ਸਵਾਲ ਹੈ ਨਾ ਉਹਦਾ ਜਵਾਬ ਨਹੀਂ ਦਿੱਤਾ ਦੇਖਿਆ ਸੋ ਮੈਂ ਬੇਨਤੀ ਫਿਰ ਤੋਂ ਕਰਦਾ ਜੀ ਕਾਲ ਕਰਦੇ ਹੋ ਟੀਵੀ ਦੀ ਆਵਾਜ਼ ਬੰਦ ਰੱਖਿਆ ਕਰੋ ਭਾਈ ਗੱਲ ਕਰਿਆ ਕਰੋ ਪਹਿਲਾਂ ਤੇ ਜਿਹਦੇ ਕਰਕੇ ਕਾਲ ਕਰਦੇ ਹੋ ਜੇ ਦੁਬਾਰਾ ਆਪਦੀ ਆਵਾਜ਼ ਸੁਣਨੀ ਹੈ ਉਹਦੇ ਲਈ ਪ੍ਰੋਗਰਾਮ ਚੜ੍ਹਦੀ ਕਲਾ ਟਾਈਮ ਟੀਵੀ ਪ੍ਰਾਈਮ ਯੂਟਿਊਬ ਦੇ ਉੱਪਰ ਜਾ ਕੇ ਦੁਬਾਰਾ ਦੇਖ ਸਕਦੇ ਹੋ ਤੁਹਾਡਾ ਨਾਮ ਵੀ ਅਸੀਂ ਦੁਬਾਰਾ ਮੈਨਸ਼ਨ ਕਰਦੇ ਹਾਂ ਤੇ ਸ਼ਹਿਰ ਦਾ ਨਾਮ ਵੀ ਮੈਨਸ਼ਨ ਕਰਦੇ ਹਾਂ ਉੱਥੋਂ ਡਾਊਨਲੋਡ ਵੀ ਕਰ ਲਿਆ ਕਰੋ ਫੋਨ 'ਚ ਜਿੰਨੀ ਵਾਰ ਮਰਜ਼ੀ ਬੈਠ ਕੇ ਦੇਖੋ ਫਿਰ ਸਾਰਾ ਦਿਨ ਠੀਕ ਹੈ ਤੇ ਹੁਣ ਗਾਣਾ ਰੈਡੀ ਹੈ ਉਹ ਸੁਣਦੇ ਆ ਨੈਕਸਟ ਕਾਲਰ ਰੈਡੀ ਗੱਲ ਕਰਦੇ ਆ ਹੈਲੋ ਹੈਲੋ ਸਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਦੱਸ ਦਿਓ ਜੀ ਸ਼ਹਿਰ ਦਾ ਨਾਮ ਦੱਸ ਦਿਓ ਨਾਮ ਬਲਰਾਜ ਸਿੰਘ ਜੀ ਅੰਮ੍ਰਿਤਸਰ ਤੋਂ ਜੀ ਬਲਰਾਜ ਸਿੰਘ ਅੰਮ੍ਰਿਤਸਰ ਤੋਂ ਵੈਲਕਮ ਹੈ ਜੀ ਤੁਹਾਡਾ ਗਾਣਾ ਕਿਹੜੇ ਸਿੰਗਰ ਦਾ ਸੁਣਨਾ ਤੁਸੀਂ ਸਿੰਗਰ ਸਟਾਰ ਦਾ ਸੀ ਜੀ ਜ਼ਰੂਰ ਸੁਣਾਵਾਂਗੇ ਸਰ ਕੀ ਕਰਦੇ ਹੋ ਤੁਸੀਂ ਖੇਤੀਬਾੜੀ ਦਾ ਕੰਮ ਕਰੀਦਾ ਜੀ ਖੇਤੀਬਾੜੀ ਦਾ ਕੰਮ ਕਰਦੇ ਹੋ ਨਾਮ ਵੀ ਤੁਹਾਡਾ ਬਲਰਾਜ ਹੈ ਕਾਫੀ ਬਲ ਵੀ ਹੋਣਾ ਫਿਰ ਤਾਂ ਸਰ ਟੀਵੀ ਦੀ ਆਵਾਜ਼ ਘੱਟ ਕਰ ਦਿਓ ਬਲਰਾਜ ਜੀ ਅੱਛਾ ਜੀ ਅੱਛਾ ਜੀ ਹੈਲੋ ਹੈਲੋ
जी जी खेतीबाड़ी नाल जुड़े हुए हो तुसी ते अज नेशनल पोल्यूशन कंट्रोल डे हैगा हां जी जी ते की कहना चाहंदे हो इहदे बारे पोल्यूशन आपां रखना चाहिदा जी बस तो बस ख्याल रखना चाहिदा पोल्यूशन दा ਪੋਲੂਸ਼ਨ ਦਾ ਥੋੜੀ ਖਿਆਲ ਰੱਖਾਂਗੇ ਸਰ ਆਪਾਂ ਪੋਲੂਸ਼ਨ ਨੂੰ ਕੰਟਰੋਲ ਕਰਨਾ ਹੈ ਹਾਂਜੀ 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 ਪੋਲੂਸ਼ਨ ਦਾ ਖਿਆਲ ਰੱਖਾਂਗੇ ਉਹ ਤਾਂ ਹੋਰ ਵਧੇਗਾ ਖਿਆਲ ਇਹਨਾਂ ਚੀਜ਼ਾਂ ਦਾ ਰੱਖਣਾ ਹੈ ਕਿ ਆਪਾਂ ਪੋਲੂਸ਼ਨ ਨਹੀਂ ਕਰਨਾ ਵਧਨ ਦਾ ਸਰ ਵਧਨ ਦਾ ਹਾਂ ਆਪਾਂ ਵਧਨ ਨਹੀਂ ਦੇਣਾ ਉਹ ਕੰਮ ਨਹੀਂ ਕਰਨੇ ਜਿਹਦੇ ਨਾਲ ਇਹ ਵਧਦਾ ਹੈ ਸ਼ੁਕਰੀਆ ਜੀ ਬਲਰਾਜ ਜੀ ਧੰਨਵਾਦ ਹੈ ਤੁਹਾਡਾ ਕਾਲ ਕਰਨ ਲਈ ਤੇ ਕਾਲ ਕਰਦੇ ਰਹਿਣਾ ਜੀ ਜੁੜੇ ਰਹਿਣਾ ਗਾਣਾ ਰੈਡੀ ਹੈ ਤੁਹਾਡੇ ਲਈ ਆ ਜਾਓ ਇੰਜੋਏ ਕਰਦੇ ਹਾਂ ਸ਼ੁਕਰੀਆ ਧੰਨਵਾਦ ਤੁਹਾਡਾ ਸਾਰਿਆਂ ਦਾ ਕਾਲ ਕਰਨ ਦੇ ਲਈ ਜਿਨ੍ਹਾਂ ਨੇ ਵੀ ਕਾਲ ਕੀਤੀ ਹੈ ਜਾਂ ਹੁਣ ਤੱਕ ਕੋਸ਼ਿਸ਼ ਕਰ ਰਹੇ ਹੋ ਟਰਾਈ ਕਰ ਰਹੇ ਹੋ ਕਾਲ ਦੀ ਸੋ ਭਾਈ ਬਹੁਤ ਧੰਨਵਾਦ ਹੈ ਕਿਉਂਕਿ ਸਮਾਂ ਜਿਹੜਾ ਹੁਣ ਅੱਗੇ ਵਧਣ ਦੀ ਹੋਰ ਇਜਾਜ਼ਤ ਨਹੀਂ ਦੇ ਰਿਹਾ ਕਿਉਂਕਿ ਟਾਈਮ ਪੂਰਾ ਹੋ ਗਿਆ ਸੋ ਹਰ ਸੋਮਵਾਰ ਬੁੱਧਵਾਰ ਸ਼ੁੱਕਰਵਾਰ ਦੁਪਹਿਰ ਨੂੰ 2 ਵਜੇ ਇਹ ਪ੍ਰੋਗਰਾਮ ਆਉਂਦਾ ਤੁਸੀਂ ਕਾਲ ਕਰ ਸਕਦੇ ਹੋ ਨੰਬਰ ਇਹੀ ਰਹੇਗਾ ਚੈਨਲ ਇਹੀ ਰਹੇਗਾ ਬੰਦਾ ਇਹੀ ਰਹੇਗਾ ਸੋ ਅੱਜ ਜਿਹੜੀਆਂ ਗੱਲਾਂ ਆਪਾਂ ਕੀਤੀਆਂ ਨੇ ਪੋਲੂਸ਼ਨ ਨੂੰ ਲੈ ਕੇ ਸੋ ਇਹਨਾਂ ਚੀਜ਼ਾਂ ਨੂੰ ਆਪਾਂ ਅਵੋਇਡ ਕਰੀਏ ਸੋ ਮੈਂ ਫਿਰ ਤੋਂ ਬੇਨਤੀ ਕਰਦਾ ਜੀ ਤੇ ਸਰਦੀਆਂ ਦੇ ਦਿਨ ਨੇ ਤੇ ਆਪਦਾ ਸਾਰਿਆਂ ਦਾ ਧਿਆਨ ਰੱਖਣਾ ਹੈ ਕਿਸੇ ਗਰੀਬ ਦੀ ਆਪਾਂ ਜੇ ਹੈਲਪ ਕਰ ਸਕਦੇ ਹਾਂ ਤਾਂ ਜ਼ਰੂਰ ਕਰੀਏ ਕਿਸੇ ਹੋਰ ਜਾਨਵਰ ਦੀ ਹੋਰ ਕਿਸੇ ਜੀਵ ਦੀ ਹੈਲਪ ਕਰ ਸਕਦੇ ਹਾਂ ਉਹਦੀ ਜ਼ਰੂਰ ਕਰੀਏ ਸੋ ਧੰਨਵਾਦ ਇਹਨਾਂ ਗੱਲਾਂ ਦੇ ਨਾਲ ਹੀ ਹੁਣ ਇਜਾਜ਼ਤ ਚਾਹੂੰਗਾ ਮਿਲਾਂਗੇ ਆਪਾਂ ਸੋਮਵਾਰ ਨੂੰ ਉਦੋਂ ਤੱਕ ਵੇਖਦੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਤੇ ਮੇਰੇ ਵੱਲੋਂ ਹੁਣ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰਾ ਗਾਣਾ ਚਲਾ ਦਿਓ।